ਇਹ ਚਿੱਟਾ ਸਵੈਨ ਬਹੁਤ ਸੁੰਦਰ ਲੱਗਦਾ ਹੈ। ਤੁਹਾਨੂੰ ਇਸ ਨੂੰ ਬਣਾਉਣ ਲਈ ਬਹੁਤ ਸਾਰੇ ਛੋਟੇ ਛੋਟੇ ਸਕੁਐਰ ਚਾਹੀਦੇ ਹਨ। ਸਕੁਐਰ ਨੂੰ ਅੱਧ ਵਿੱਚੋਂ ਮੋੜ ਲਓ ਅਤੇ ਮਿਡ ਲਾਈਨ 'ਤੇ ਦੋ ਟ੍ਰਾਇੰਗਲਾਂ ਵਿੱਚ ਕੱਟ ਲਓ। ਤੁਹਾਨੂੰ ਇੱਕ ਰੈਕਟੈਂਗਲ ਚਾਹੀਦਾ ਹੈ, ਉਹ ਵੀ ਮਾਡੂਲਰ ਯੂਨਿਟ ਵਿੱਚ, ਜੋ ਇਸ ਨੂੰ ਸਵੈਨ ਬਣਾਵੇਗਾ। ਰੈਕਟੈਂਗਲ ਨੂੰ ਇਸ ਦੀ ਲੰਬਾਈ ਤੋਂ ਅੱਧ ਵਿੱਚ ਕੱਟ ਮੋੜ ਦਿਓ ਅਤੇ ਹੁਣ ਦੋ ਟ੍ਰਾਇੰਗਲਸ ਨੂੰ ਐਰੋ ਬਣਾ ਦਿਓ। ਹੁਣ ਟ੍ਰਾਇੰਗਲਸ ਨੂੰ ਮੋੜ ਦਿਓ, ਦੋ ਸਕੁਐਰ ਬਣਾ ਦਿਓ। ਤੁਹਾਨੂੰ ਦੋ ਛੋਟੀਆਂ ਜੇਬਾਂ ਮਿਲਣਗੀਆਂ। ਟ੍ਰਾਇੰਗਲ ਇਹਨਾਂ ਜੇਬਾਂ ਵਿੱਚ ਪਾ ਦਿਓ। ਇਸ ਨੂੰ ਅੱਧ ਵਿੱਚੋਂ ਮੋੜੋ, ਇਹ ਪੂਰਾ ਇੱਕ ਯੂਨਿਟ ਬਣ ਜਾਵੇਗਾ। ਦੋ ਛੋਟੀਆਂ ਜੇਬਾਂ ਇੱਕ ਸਿਰੇ ਵਿੱਚ ਅਤੇ ਦੋ ਛੋਟੀਆਂ ਬੀਕਸ ਦੂਜੇ ਦੇ ਵਿੱਚ। ਅਜਿਹੇ 500 ਯੂਨਿਟ ਬਣਾਓ। ਹੁਣ ਬੀਕਸ ਨੂੰ ਪੋਕਿਟਸ ਵਿੱਚ ਧੱਕੀ ਜਾਓ ਅਤੇ ਇੱਕ ਰਿੰਗ ਬਣਾ ਕੇ ਆਪਸ ਵਿੱਚ ਜੋੜ ਦਿਓ। ਹੁਣ ਦੁਬਾਰਾ ਅਜਿਹਾ ਕਰਦੇ ਹੋਏ ਉਸ ਦੀ ਚੁੰਝ ਬਣਾ ਦਿਓ। ਇਸ ਨੂੰ ਮੋੜ ਲਵੋ ਅਤੇ ਉਸ ਦੀਆਂ ਅੱਖਾਂ ਬਣਾਓ। ਇਸ ਤਰ੍ਹਾਂ ਤੁਹਾਡੇ ਪੰਛੀ ਦੀ ਬੋਡੀ ਬਣ ਗਈ ਹੈ। ਅਤੇ ਹੌਲੀ ਹੌਲੀ ਇਹ ਬੀਗ ਵੀ ਲਗਾ ਦਿਓ। ਫਾਈਨਲੀ ਇਹ ਬਹੁਤ ਖੂਬਸੂਰਤ ਸਵੈਨ ਬਣ ਜਾਵੇਗਾ। ਅਤੇ ਇਸ ਦੇ ਨਾਲ ਸਾਥੀ ਵੀ ਹੈ।